पंजाब च नजायज़ शराब कढ़ने वाले के खिलाफ़ पुलिस की मुहिम लगातार जारी है। समाणा सदर पुलिस के मवी चल कला पुलिस चौंकी वालों मरोड़ी के छापेमारी की गई, जिस दे जड़े लहान और देसी शराब कढ़ते दे लोग उन्होंने दो व्यक्तियों को गिरफ़्तार किया और एक औरत को गिरफ़्तार किया गया, जेडे कि लंबे समय तो शराब कढ़ने का काम करते हैं और अपने पिंड 60 रुपये बोतल के हिसाब से बेचते। जब उन लोगों गलबात की गई तो लोगों ने दसिया कि असी गरीब लोग हाँ, कामकार है नहीं, इस करके असी शराब कढ़न का काम करते हैं, लेकिन ये जहरीली शराब पंजाब दे विच किन्ने लोगों की जान ले चुकी है। 113 लोग पंजाब दे विच मर गए हैं। पुलिस लगातार छापेमारी कर रही है, ऐसे शराब कढ़न वाले लोगों को बिल्कुल नहीं बख्शा जाएगा। पंजाब सरकार की सख्त हिदायत है कि कोई भी व्यक्ति जो शराब नजायज कढ़ता है उसके खिलाफ़ तुरंत कार्रवाई की जाए, जिसके तहत ये मामले दर्ज किए गए हैं। 10 के दिन जी बच्चे छोटे सन, नहीं तो अं काम ही नहीं करते स। हाँ जी घर काम नहीं करते ना जी, घर वाला बस धोया है, दत्त हो रही है। अच्छा। हाँ जी तो किन्ने ही बोतल बेचते तुसी कट के जी? 60 रुपये बस, और की करिए, कारोबार तो है नहीं जी। ਛੋਟੇ ਪਿੰਡ 'ਚ ਕਿੰਨੇ ਲੋਕ ਕੱਢਦੇ ਆ ਦਾਰੂ? ਕੱਢਦੇ ਹੁਣ ਬਹੁਤ ਘੱਟ ਗਿਆ, ਪਹਿਲਾਂ ਕੱਢਦੇ ਸੀ। ਹਾਂਜੀ ਹੁਣ ਪੈਰੇ ਪਰ ਘੱਟ ਹੀ ਜਾਂਦੇ। ਤੈਨੂੰ ਕਿੰਨਾ ਟਾਈਮ ਕੱਢਦੇ? 2 ਸਾਲ ਵਾਂਗੂ ਹੋ ਗਏ ਜੀ। 2 ਸਾਲ ਲਗਾਤਾਰ? ਹਾਂ, ਕਦੀ ਕਦੇ ਵਿੱਚੋਂ ਵਿੱਚੋਂ ਕੱਢ ਲਈ, 2-4 ਦਿਨ ਵਿੱਚ ਛੱਡ ਕੇ ਕੱਢਦੇ ਹੋਏ? ਫੇਰ ਘਰੀ ਕੱਢਦੇ ਸੀ, ਘਰੀ ਕੱਢਦੇ ਤੇ ਦੇਖਦੇ ਹੀ ਪਿੰਡ 'ਚੋਂ ਵੀ ਕਿੱਥੇ ਪਿੰਡ ਜੀ? 60 ਰੁਪਏ ਬੋਤਲ। 60 ਰੁਪਏ? ਹਾਂ ਬੋਤਲ ਜੀ, ਬੋਤਲ 5-7 ਬੋਤਲਾਂ ਡੇਲੀ ਦੇ ਲੱਗਦੇ ਜੀ, 10 ਜਾਂ ਬਸ। ਹਾਂ ਇੱਧਰ ਦਾਰੂ ਕਿੱਥੇ ਕੱਢਦੇ ਤੁਸੀਂ? ਘੱਗਰ ਦੇ। ਕਿੰਨੇ ਸਾਲਾਂ ਦਾ ਕੱਢ ਰਿਹਾ? 6 ਮਹੀਨੇ ਹੋ ਗਏ ਜੀ। ਪਹਿਲੇ ਕਿੰਨੇ ਮੁਕਦਮੇ ਦਰਜ ਨੇ ਕਰਦੇ? 3 ਬਸ ਜੀ, ਤੁਹਾਨੂੰ ਪਤਾ ਹੀ, ਹੋਰ ਕੰਮ ਤਾਂ ਹੈ ਨਹੀਂ ਕੋਈ। ਹੋਰ ਕੰਮ ਤਾਂ ਹੈ ਨਹੀਂ ਕੋਈ, ਤਲੀਆਂ ਜ਼ਮੀਨਾਂ ਹੈ ਨਹੀਂ। ਕੱਢਦੇ ਰੋਜ਼? ਬਸ ਕਦੇ 5-4 ਕੱਢ ਲਈ ਦੀਆਂ ਇੰਨੀਆਂ ਦਾ ਬਸ। ਬਸ ਜੀ ਹੁਣ ਛੱਡ ਦਾਂਗੇ, ਛੱਡ ਦਾਂਗੇ। ਪਹਿਲੇ ਦਰਦ 3% ਪਹਿਲੇ ਹੀ ਛੱਡੀ ਦਿੰਦੇ? ਨਹੀਂ ਜੀ ਹੁਣ ਛੱਡ ਦਾਂਗੇ। ਇਸ ਤਰ੍ਹਾਂ ਇਹ ਹੈ, ਖੰਡਾ ਸਿੰਘ ਇਲਿਸ ਖੰਡੂ ਪੁੱਤਰ ਸੁੱਚਾ ਸਿੰਘ ਦਾ, ਇਹਦੇ ਖਿਲਾਫ਼ ਅਸੀਂ 2 ਮੁਕਦਮੇ ਪਹਿਲਾਂ ਦਰਜ ਕਰੇ ਸੀਗੇ, 150 ਲੀਟਰ ਲਾਹਣ ਅਤੇ 38 ਬੋਤਲਾਂ ਸ਼ਰਾਬ ਦੀਆਂ, 2 ਮੁਕਦਮੇ ਦਰਜ ਦੇਖ ਲਓ, ਮਰੌੜੀ ਦੇ ਹੈਗੇ ਇਹ। ਅਤੇ ਇੱਕ ਹੈਗਾ ਕਾਲਾ ਸਿੰਘ ਨਰਾਤਾ ਸਿੰਘ ਦਾ, ਇਹ ਤੋਂ ਅਸੀਂ ਰਾਤ ਚਾਲੂ ਭੱਠੀ ਫੜੀ ਆ, ਅੱਜ ਚਾਲੂ ਭੱਠੀ ਫੜੀ ਆ, 50 ਲੀਟਰ ਲਾਹਣ, 3 ਬੋਤਲਾਂ ਸ਼ਰਾਬ ਨਜਾਇਜ਼ ਅਤੇ ਚਾਲੂ ਭੱਠੀ ਦਾ ਸਮਾਨ। ਇੱਕ ਲੇਡੀਜ਼ ਆ ਸਰਜੀਤ ਕੌਰ, ਵਾਈਫ ਆਫ ਮੁੱਖਾ ਸਿੰਘ, ਇਹ ਵੀ 4-5 ਦਿਨ ਪਹਿਲਾਂ ਅਸੀਂ ਪਰਚਾ ਦਰਜ ਕਰਿਆ ਸੀਗਾ, ਇਹ ਤੋਂ 38 ਬੋਤਲਾਂ ਸ਼ਰਾਬ ਫੜੀ ਸੀ, ਅੱਜ ਅਸੀਂ ਇਹਨਾਂ ਨੂੰ 3 ਨੂੰ ਗ੍ਰਿਫਤਾਰ ਕਰ ਲਿਆ ਅਤੇ ਕੋਰਟ 'ਚ ਪੇਸ਼ ਕਰਨ ਜਾ ਰਹੇ ਹਾਂ। ਇਹ ਕਾਟਕ 14 ਜੀ, ਮੈਡੀਕਲ ਇਹਨਾਂ ਦਾ ਕਰਵਾ ਲਿਆ ਜੀ, ਕਰੋਨਾ ਟੈਸਟ ਵੀ ਕਰਾ ਲਿਆ, ਦੂਜਾ ਵੀ ਕਰਵਾ ਲਿਆ। ਕੈਮਰਾਮੈਨ ਬਾਲਸਨ ਗਰਗ ਕੇ ਸਾਥ ਪੁਰਸ਼ੋਤਮ ਕੌਸ਼ਿਕ ਸਮਾਣਾ ਨਿਊਜ਼।